126 ਦੀ ਪਨੀਰੀ ਬਿਲਕੁਲ ਤਿਆਰ ਸੀ ਜੀ। ਦੇਖੋ ਇਹ ਸਾਰੇ ਸਾਰੇ ਹੜਪੀੜ ਏਰੀਏ ਜਾਂ ਪਾਣੀ ਦੀ ਮਾਰ ਜਾਂਦਾ ਨਹੀਂ ਫਸਲਾਂ 'ਤੇ ਪਈ ਹੈ ਜੀ। ਇਹੋ ਕਿਸਾਨ ਪਨੀਰੀ ਲੈਣ ਆਇਆ ਜੀ 7 ਅਗਸਤ 2023 ਨੂੰ ਅਸੀਂ ਇਹ ਪਨੀਰੀ ਜਿਹੜੀ ਪਟਾਤੀ ਅਤੇ ਅੱਜ ਲਗਭਗ ਸ਼ਾਮ ਤੱਕ ਸਾਰਾ ਖੇਤ ਖਾਲੀ ਹੋ ਜੂਗਾ। ਉਹ ਆਪਣੇ ਫਾਰਮ 'ਤੇ ਦੇਖੋ ਜੀ ਤੁਸੀਂ ਉੱਧਰ ਪ੍ਰਸ਼ਾਦੀ ਪਾਣੀ ਦਾ ਇੰਤਜ਼ਾਮ ਚੱਲਦਾ ਅਤੇ ਪਰਮਾਤਮਾ ਦਾ ਨਾਂ ਲੈ ਕੇ ਅਤੇ ਆਉਣ ਵਾਲੀ ਜਿਹੜੀ ਸੰਗਤ ਹੈ ਜਿਹੜੇ ਕਿਸਾਨ ਆਏ ਆ ਜੀ ਉਹਨਾਂ ਲਈ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਆਪਾਂ ਕੀਤਾ ਜੀ। ਅਤੇ 7 ਅਗਸਤ 2023 ਅਤੇ ਲਗਭਗ ਅੱਜ ਸ਼ਾਮ ਤੱਕ ਸਾਰੀ ਪਨੀਰੀ ਸਾਡੇ ਕੋਲ ਖਤਮ ਹੋ ਜੂਗੀ ਜੀ। ਸਬਜ਼ੀਆਂ ਦੀ ਪਨੀਰੀ ਦਾ ਸਾਡਾ ਕੰਮ ਹੈ, ਕਿਸੇ ਨੂੰ ਵੀ ਸਬਜ਼ੀਆਂ ਦੀ ਪਨੀਰੀ ਚਾਹੀਦੀ ਹੋਏ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਜੀ। ਇਹ ਸਾਰੀ ਦੀ ਸਾਰੀ ਪਨੀਰੀ ਜਿਹੜੀ ਫਰੀ ਵੰਡੀ ਗਈ ਹੈ ਜੀ। ਇਹ ਪ੍ਰਸ਼ਾਦਾ ਪਾਣੀ ਦੇਖੋ ਚੱਲਦਾ ਹੋਇਆ ਜੀ, ਜੋ ਕੁਦਰਤ ਨੇ ਜੋ ਪਰਮਾਤਮਾ ਨੇ ਬਾਲ ਬਖਸ਼ਿਆ ਉਹਦੇ ਅਨੁਸਾਰ ਜਿੰਨੀ ਸੇਵਾ ਹੋ ਸਕਦੀ ਸੰਗਤ ਦੀ ਕਰ ਰਹੇ ਹਾਂ ਜੀ।